ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਲੀ ਸਰਹੱਦ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਡਾਕਟਰ SPS ਓਬਰਾਏ ਦੇ ਸਹਿਯੋਗ ਨਾਲ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਸੰਸਥਾ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਦੂਜੇ ਕਿਸਾਨ ਸ਼ਹੀਦ ਪਰਿਵਾਰ ਨੂੰ ਚੈੱਕ ਭੇਟ ਕਰਕੇ ਉਸ ਦੀ ਪੈਨਸ਼ਨ ਸ਼ੁਰੂ ਕੀਤੀ ਗਈ। ਇਸ ਮੌਕੇ ਆਗਿਆਪਾਲ ਸਿੰਘ ਨੇ ਕਿਹਾ ਕਿ ਗੁਰਜਿੰਦਰ ਸਿੰਘ ਜੋ ਕਿ ਗੜਸ਼ੰਕਰ ਦਾ ਰਹਿਣ ਵਾਲਾ ਹੈ ਉਹ ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਲਈ ਦਿੱਲੀ ਨੂੰ ਜਾ ਰਿਹਾ ਸੀ ਅਤੇ ਕਰਨਾਲ ਨਜ਼ਦੀਕ ਉਸ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਇਸ ਦੇ ਚੱਲਦਿਆਂ ਹੀ ਸੰਸਥਾ ਵੱਲੋਂ ਉਸ ਦੀ ਮਾਤਾ ਕੁਲਵਿੰਦਰ ਕੌਰ ਨੂੰ ਚੈੱਕ ਭੇਟ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਹੁਣ ਤੱਕ 65 ਕਿਸਾਨ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਸਰ, ਅੱਜ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਤਰਫੋਂ ਜਿਹੜਾ ਕਿ ਡਾਕਟਰ SP ਸਿੰਘ ਓਬਰਾਏ ਹੈ ਜਿਸਦੇ ਚੇਅਰਮੈਨ, ਅਸੀਂ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਇਹ ਦੂਸਰਾ ਚੈੱਕ ਦੇ ਰਹੇ ਹਾਂ ਜਿਹੜਾ ਕਿਸਾਨਾਂ ਸ਼ਹੀਦ ਹੋਏ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਸਾਡੇ 65 ਜਿਹੜੀਆਂ ਇਹ ਪੈਨਸ਼ਨਾਂ ਲੱਗ ਚੁੱਕੀਆਂ। 65 ਬੰਦਿਆਂ ਨੂੰ ਅਸੀਂ ਜਿਹੜੇ ਹੈ ਚੈੱਕ ਹਰ ਮਹੀਨੇ ਦੇਣੇ ਸ਼ੁਰੂ ਕਰ ਦਿੱਤੇ ਆ। ਅੱਜ ਜਿਹੜਾ ਇਹ ਚੈੱਕ ਹੈ ਗੁਰਵਿੰਦਰ ਸਿੰਘ ਜਿਹੜਾ ਕਿ 16 ਸਾਲਾਂ ਦਾ ਯੰਗ ਮੁੰਡਾ, 6.25 ਫੁੱਟ ਲੰਬਾ, ਉਹਦੀ ਅਗਰ ਤੁਸੀਂ ਫੋਟੋ ਦੇਖੋ ਤਾਂ ਰੋਣਾ ਆਉਂਦਾ। ਅਤੇ ਉਹ ਸਵੇਰੇ ਉੱਠਿਆ ਹੈਗਾ, ਜਾਣ ਤੋਂ ਪਹਿਲੇ ਉਹਨੇ ਗੁਰਦੁਆਰੇ ਮੱਥਾ ਟੇਕਿਆ, ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਉਹਨਾਂ ਨੇ ਕਥਾ ਸੁਣੀ ਹੈ। ਕਥਾ ਸੁਣਨ ਤੋਂ ਬਾਅਦ ਉਹਦੇ ਮਨ ਵਿੱਚ ਆਇਆ ਕਿ ਮੈਂ ਵੀ ਜਿਹੜਾ ਸੰਘਰਸ਼ ਜਾਵਾਂ। ਉਸਦੇ ਪਿਤਾ ਜੀ ਜਿਹੜੇ ਕਿ ਇਟਲੀ ਰਹਿੰਦੇ, 12 ਸਾਲਾਂ ਤੋਂ ਹਿੰਦੁਸਤਾਨ ਨਹੀਂ ਆਏ, ਅਤੇ ਉਹਨੂੰ ਪਿੰਡ ਵਾਲੇ ਚੱਲੇ ਸੀ ਅਤੇ ਪਿੰਡ ਵਾਲਿਆਂ ਨੇ ਕਿਹਾ ਕਿ ਮੈਂ ਤੁਸੀਂ ਨਾਲ ਚੱਲੋ। ਅਤੇ ਉਹ ਗੁਰਦੁਆਰੇ ਮੱਥਾ ਟੇਕ ਕੇ ਪਹਿਲੇ ਸਭ ਨੂੰ ਉਹਨੇ ਲੰਗਰ ਛਕਾਇਆ, ਬਾਲਟੀ ਸਭ ਨੂੰ ਉਹਨੇ ਖੀਰ ਖਵਾਈ ਹੈ, ਰਸਤੇ 'ਚ ਲੰਗਰ ਖਵਾਉਂਦਾ ਗਿਆ। ਯੰਗ ਮੁੰਡਾ 6.25 ਫੁੱਟ ਦਾ ਕਰਨਾਲ ਗਿਆ, ਐਕਸੀਡੈਂਟ ਹੋ ਗਿਆ, ਕਿਸੇ ਗੱਡੀ ਦੇ ਹੇਠਾਂ ਆ ਕੇ ਉੱਥੇ ਸ਼ਹੀਦ ਹੋ ਗਿਆ। ਲੱਗਦਾ ਨਹੀਂ ਜਿਹੜਾ ਕੰਮ ਤੁਹਾਡੀ ਟਰੱਸਟ ਕਰ ਰਿਹਾ ਕਿ ਸਰਕਾਰ ਨੂੰ ਕਰਨਾ ਚਾਹੀਦਾ ਹੈ? ਬਿਲਕੁਲ, ਸਰਕਾਰ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਇਤਨੀਆਂ ਸ਼ਹੀਦੀਆਂ ਹੋ ਗਈਆਂ, ਇਤਨਾ ਸਭ ਕੁਝ ਹੋ ਗਿਆ, ਪਰ ਸਰਕਾਰ ਕੁਛ ਨਹੀਂ ਕਰ ਰਹੀ। ਅਸੀਂ ਬੇਨਤੀ ਹੱਥ ਜੋੜ ਕੇ ਉਸ ਪਰਮਾਤਮਾ ਦੇ ਅੱਗੇ ਕਰਾਂਗੇ ਕਿ ਉਹਨਾਂ ਦੀ ਬੁੱਧੀ ਨੂੰ ਵੀ ਕੁਛ ਦੇ ਕਿ ਜਿਸਦੇ ਨਾਲ ਇਹ ਕਿਸਾਨਾਂ ਦਾ ਜਿਹੜਾ ਹੈਗਾ ਸੰਘਰਸ਼ ਇਹ ਖਤਮ ਹੋਏ ਅਤੇ ਆਪਣਾ ਜੀਵਨ ਉਹ ਆਰਾਮ ਨਾਲ ਜੀਣ। ਉੱਧਰ ਮ੍ਰਿਤਕ ਗੁਰਜਿੰਦਰ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਸੰਸਥਾ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਆਰਥਿਕ ਤੰਗੀ ਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਹੈ। ਕੁਲਵਿੰਦਰ ਕੌਰ ਭਾਜੀ ਦਾ ਨਾਮ ਕੀ? ਗੁਰਜਿੰਦਰ ਸਿੰਘ। ਕਿਸ ਤਰ੍ਹਾਂ ਹੋਇਆ ਸੀ? ਟਰੈਕਟਰ ਦੇ ਥੱਲੇ ਆ ਗਿਆ ਸੀ ਭਾਜੀ, ਦਿੱਲੀ ਨੂੰ ਜਾਂਦਾ ਸੀ। ਹਾਂਜੀ, ਕਿਸਾਨੀ ਸੰਘਰਸ਼ ਵਿੱਚ 16 ਸਾਲ ਸੀ। ਕਿੰਨੀ ਦੇਰ ਹੋ ਗਈ? 8 ਮਹੀਨੇ ਹੋ ਗਏ ਭਾਜੀ।